ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਟੇਜ ਤੋਂ ਕਰ ਦਿੱਤਾ ਵੱਡਾ ਐਲਾਨ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਲੜੇਗੀ ਤੇ ਜਿੱਤੇਗੀ ਵੀ। ਹੋਰ ਵੀ ਸੁਣੋ ਕੀ ਕੁਝ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ। ਐਤਕੀ ਸਿੱਧੀ ਜੀ ਗੱਲ ਹੈ, ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਊਂਸ ਕਰਨ ਲੱਗਿਆ ਤੁਹਾਡੇ ਸਾਹਮਣੇ, TV ਤੇ ਵੀ ਅੱਜ ਚੱਲੂਗਾ, ਜਾ ਕੇ ਦੇਖ ਲਿਓ, ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ। ਇਸ ਵਾਰੀ ਪੰਜਾਬ 'ਚੋਂ 13 ਜੀਰੋ ਲੋਕ ਸਭਾ 'ਚ, ਸੁਪਨੇ ਸਾਫ ਹੋਣਗੇ ਇਹਨਾਂ ਦੇ ਸਾਰਿਆਂ ਦੇ। ਮੈਨੂੰ ਲੋਕਾਂ ਨੇ ਦੱਸਤਾ, ਕਹਿੰਦੇ ਲੱਗਿਆ ਰਹਿ ਤੇਰੇ ਨਾਲ ਹਾਂ, ਪਰ ਮੈਨੂੰ ਇਦੋਂ ਵੱਧ ਹੋਰ ਕੀ ਚਾਹੀਦਾ, ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਹਾਂ, ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ। ਪੈਸੇ ਨਾਲ ਲੈ ਜਾਣੇ ਆ, ਹਵੇਲੀਆਂ ਨਾਲ ਲੈ ਜਾਵਾਂਗੇ, ਬਸ ਜੇ ਲੋਕ ਹੀ ਪਿਆਰ ਦੇ ਹੀ ਜਾਂਦੇ ਆ, ਇਦੋਂ ਵੱਡਾ ਕੀ ਹੈ। ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰ ਲੋਕ ਸਭਾ 'ਚ, ਪੰਜਾਬ 'ਚੋਂ 13 ਜੀਰੋ। ਔਰ ਤੁਹਾਡੇ ਸਾਹਮਣੇ 32 ਦੰਦ ਨੇ, ਕੇਜਰੀਵਾਲ ਦੇ ਵੀ 32 ਦੰਦ ਨੇ, ਅਸੀਂ ਤਾਂ ਲਿਖ ਕੇ ਦੇ ਦਿੰਦੇ ਹੁੰਦੇ ਹਾਂ ਵੀ ਐਂ ਹਾਰੂਆ। ਉਹ ਕਹਿੰਦੀਆਂ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ, ਅਸੀਂ ਕਿਹਾ ਲੋਕਾਂ ਤੋਂ ਪਤਾ ਲੱਗ ਜਾਂਦਾ, ਲੋਕਾਂ ਦੀਆਂ ਅੱਖਾਂ ਦੱਸ ਦਿੰਦੀਆਂ ਨੇ ਕਿ ਭਾਈ ਲੋਕ ਕੋਈ ਨਾ ਕੋਈ ਬੱਦਲ ਬਾਈ ਠੀਕ ਨਹੀਂ ਹੈਗੀ, ਲੋਕ ਮਾਂਝਣਗੇ ਇਹਨਾਂ ਨੂੰ ਐਤਕੀ। ਔਰ ਮਾਂਝਤੇ ਤੁਸੀਂ।